ਰਹਿਮਾਨ ਰਹੀਮ ਅਸਲਾਮ ਅਲੈਕਮ ਵੇਖ ਰਹੇ ਤੁਸੀਂ ਆਪਣਾ ਕਰਨਾਲਾ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਬਲਾਲ ਅਜ਼ਮਤ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਦਾ ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਨੂੰ ਪਸੰਦ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਹਰ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਤੁਹਾਡੇ ਤੱਕ ਬਸਾਨੀ ਪਹੁੰਚ ਸਕੇ ਲਓ ਜੀ ਵੀਡੀਓ ਇਸ ਤਰ੍ਹਾਂ ਨਹੀਂ ਬਣਾਉਣ ਲੱਗੇ ਹਾਂ ਨਵੀਂ ਵੀਡੀਓ ਵਾ ਰਿਹਾ ਜੀ ਹਫ਼ਤਾ 33 ਅਗਸਤ 2024 ਜ਼ਿਲ੍ਹਾ ਗੁਜਰਾਤ ਤਹਿਸੀਲ ਖਾਰੀਆਂ ਪਿੰਡ ਕਰਨਾਲਾ ਆਪਣੇ ਪਿੰਡ ਦੀ ਵੀਡੀਓ ਮਾਸ਼ਾਅੱਲਾ ਭਾਈਆਂ ਦਾ ਨਾਂ ਹੈ ਮੁਹੰਮਦ ਅਫਜ਼ਲ ਮਾਸ਼ਾਅੱਲਾ ਜੀ ਭਾਈਆਂ ਨੇ ਇੱਕ ਮਾਹ ਲਾਣੀ ਹੈ ਵੀਡੀਓ 'ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਭਾਈਆਂ ਨਾਲ ਕਰ ਲੈਂਦੇ ਹਾਂ ਝੋਟੀ ਮਾਸ਼ਾਅੱਲਾ ਭਰਾਵਾਂ ਨੇ ਵੇਖ ਲੈਣੀ ਤਸੱਲੀ ਨਾਲ ਪਹਿਲਾਂ ਆਪਾਂ ਝੋਟੀ ਨੇ ਲਾਣਾ ਅਤੇ ਝੋਟੀ ਦੀ ਹਾਈਟ ਲੰਬਾਈ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀ ਹੈ ਪੂਰੀ ਮਾਸ਼ਾਅੱਲਾ ਸ਼ਕੀਨੀ ਝੋਟੀ ਹੋਵੇ ਜੀ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਭਾਈ ਅਫਜ਼ਲ ਨਾਲ ਕਰ ਲੈਂਦੇ ਹਾਂ ਮਾਸ਼ਾਅੱਲਾ ਕਿਸੇ ਵੀ ਭਰਾ ਨੇ ਆਉਣਾ ਹੋਵੇ ਲਾਲੇ ਮੁਖ ਤੋਂ ਜਿਹੜੀ ਰੋਡ ਨਿਕਲਦੀ ਨਾ ਡਿੰਗੇ ਜਾਂਦੀ ਉਸ ਰੋਡ ਤੋਂ ਤਕਰੀਬਨ 9 ਕਿਲੋਮੀਟਰ 'ਤੇ ਪਿੰਡ ਹੈ ਆਪਣਾ ਕਰਨਾਲਾ ਬਾਕੀ ਭਾਈ ਅਫਜ਼ਲ ਨਾਲ ਗੱਲ ਕਰ ਲੈਂਦੇ ਹਾਂ ਝੋਟੀ ਦੀ ਬਾਕੀ ਫਿਰ ਝੋਟੀ ਦੇ ਉੱਤੇ ਜਾ ਕੇ ਸਾਰੀਆਂ ਗੱਲਾਂ ਘਰਾਂ ਦੇ ਅਸਲਾਮ ਅਲੈਕਮ ਵਾਲੇਕਮ ਸਲਾਮ ਭਾਈ ਜਾਨ ਸੁਣਾਓ ਕੀ ਹਾਲ ਅੱਲਾ ਦਾ ਸ਼ੁਕਰ ਹੈ ਠੀਕ ਠਾਕ ਜੀ ਅੱਲਾ ਪਾਕ ਖੈਰ ਕਰੇ ਖੈਰ ਹੋਣੀ ਚਾਹੀਦੀ ਹੈ ਮਾਸ਼ਾਅੱਲਾ ਭਾਈ ਜਾਨ ਝੋਟੀ ਹੈ ਜਿਹੜੀ ਇਹ ਘਰ ਦੀ ਝੋਟੀ ਠੀਕ ਹੈ ਚਲੋ ਫੋਨ ਨੰਬਰ ਬੋਲਾਂ ਫਿਰ ਝੋਟੀ ਦੇ ਉੱਤੇ ਜਾ ਗੱਲ ਕਰਨੇ 0341 ਜੀ 60 46 250 ਵਟਸਐਪ ਬਣੇ ਇਸ ਨੰਬਰ ਸਾਹਿਬ ਦੇ ਬਣੇ ਆ ਕਾਲ ਵੀ ਕਰ ਸਕਦੇ ਤੇ ਇੱਕੋ ਹੀ ਝੋਟੀ ਲਾਣੀ ਹੈ ਵੀਡੀਓ ਦੇ ਜਾਂ ਹੋਰ ਕੋਈ ਡੰਗਰ ਹੈ ਵੀ ਇੱਕ ਹੀ ਵੇਚਣੇ ਜੀ ਸਿਰਫ ਝੋਟੀ ਚਲੋ ਝੋਟੀ ਖੋਲੋ ਫਿਰ ਭਰਾਵਾਂ ਨੂੰ ਵਹਾਨੇ ਆ ਤੇ ਸ਼ੋਕ ਪੂਰਾ ਕਰਾਨੇ ਆ ਫਿਰ ਗੱਲਬਾਤ ਪੁੱਛ ਲੈਨੇ ਆ ਝੋਟੀ ਦੀ ਖੋਲੋ ਝੋਟੀ ਲਓ ਜੀ ਮਾਸ਼ਾਅੱਲਾ ਮਾਝ ਨੰਬਰ ਆ ਗਈ ਇੱਕ ਮਾਝ ਭਰਾਵਾਂ ਨੇ ਵੇਖ ਲੈਣੀ ਹੈ ਤਸੱਲੀ ਨਾਲ ਭਾਈ ਜਾਨ ਸੂਆ ਪਹਿਲਾ ਲਾਣਾ ਤੂੰ ਗਰੰਟੀ ਨਾਲ ਪਹਿਲਾ ਸੂਆ ਮੂੰਹ ਚੋਂ ਜਵਾਨ ਹੈ ਚੋਗੀ ਹੈ ਛਿੱਗੀ ਚੋਗੀ ਲਓ ਜੀ ਮੂੰਹ ਚੋਂ 4 ਦੰਦ ਹੋਵੇ ਦੀ ਮਾਝ ਦੀ ਹਾਈਟ ਤੇ ਲੰਬਾਈ ਭਰਾਵਾਂ ਨੇ ਵੇਖ ਲੈਣੀ ਹੈ ਤੇ ਮਾਸ਼ਾਅੱਲਾ ਉਹ ਸਨੇ ਨਾ ਜਿਹੜਾ ਝੋਟੀ ਦਾ ਉਹ ਵੀ ਭਰਾਵਾਂ ਨੇ ਜ਼ਰਾ ਤਸੱਲੀ ਨਾਲ ਵੇਖ ਲੈਣਾ ਪਹਿਲਾ ਸੁਆ ਲਾਣਾ ਤੂੰ ਤੇ ਕਿੰਨੇ ਕੁ ਦਿਨ ਝੋਟੀ ਲੈ ਦੀ ਇਹ ਤਕਰੀਬਨ ਜਿਹੜਾ ਨਾ ਹਫ਼ਤਾ ਕੁ ਸਾਰਾ ਜਿਹੜਾ ਨਾ ਝੋਟੀ ਨੇ ਜੇ ਲੈ ਜਾਣੇ ਇੱਕ ਹਫ਼ਤਾ ਲੈ ਜੇ ਦੀ ਤੇ ਇਹ ਆਪਣੀ ਪੁਰਾਣੀ ਨਸਲ ਹੈ ਘਰ ਦੀ ਇਹ ਤਕਰੀਬਨ ਸਾਡੇ ਕੋਲ ਨਾ ਕੋਈ 15-16 ਸਾਲ ਹੋ ਗਏ ਨੇ ਇਹ ਜਿਹੜੀ ਨਸਲ ਜਿਹੜੀ ਹੈ ਨਾ ਜੀ ਪਹਿਲੇ ਸਾਡੇ ਮਸੇਰ ਹੈ ਅੰਮ੍ਰਿਤਸਰ ਨਾ ਸਪੋੜਾ ਇਹਦਾ ਜੀ ਜੀ ਉਹਦੇ ਘਰ ਦੀ ਨਸਲ ਹੈ ਕਾਫੀ ਅਰਸਾ ਉਹਨਾਂ ਕੋਲ ਵੀ ਰਹੀ ਅੱਛਾ ਤੇ ਮਤਲਬ ਚੰਗੀ ਨਸਲ ਇਹਨਾਂ ਦੀ ਜੀ ਮਾਸ਼ਾਅੱਲਾ ਲਓ ਜੀ ਪਹਿਲਾ ਸੁਆ ਝੋਟੀ ਨੇ ਲਾਣਾ ਮੂੰਹ ਚ 4 ਦੰਦ ਹੋਵੇ ਦੀ ਤੇ ਹੋਵੇ ਦੀ ਦੂਸਰਾ ਹੈ ਕਿ ਨਵੀਂ ਹੋ ਗਏ ਤਕਰੀਬਨ 8-7 ਮਹੀਨੇ ਜਿਹੜਾ ਹੈ ਨਾ ਉਹ ਵੀ ਮਿਲਦੀ ਹੈ ਆਰ ਵੀ ਰਹੀਆਂ ਮੱਝਾਂ ਜਿਹੜੀ ਹੈ ਨਸਲ ਹੈ ਪੁਰਾਣੀ ਜਾ ਨਵੀਆਂ ਵੀ ਹੋ ਕੇ ਬਣ ਕੇ ਤੇ ਫਿਰ ਅੱਗੋਂ 7-8 ਮਹੀਨੇ ਮਿਲ ਜਾਂਦੀਆਂ ਨੇ 7-8 ਮਹੀਨੇ ਤਕਰੀਬਨ ਜੀ ਮਾਸ਼ਾਅੱਲਾ ਮੂੰਹ ਚ 4 ਦੰਦੇ ਤੇ ਉਹ ਸੰਦੀ ਨਾ ਪੂਰੀ ਸ਼ਹਜ਼ਾਦੀ ਹੋਵੇ ਦੀ ਝੋਟੀ ਉਹ ਭਰਾ ਵੇਖਦੇ ਨੇ ਪੇ ਫਿਰ ਇਹਨਾਂ ਕੋ ਇਹਨਾਂ ਨੂੰ ਭਰਾਵਾਂ ਨੂੰ ਪਤਾ ਨਹੀਂ ਆਇਆ ਮਾਸ਼ਾਅੱਲਾ ਝੋਟੀ ਭਰਾ ਫਿਰ ਵੇਖ ਲੈਂਦੇ ਜਿਹੜੇ ਸਾਡੇ ਮੱਝਾਂ ਨੂੰ ਸਮਝਦੇ ਨੇ ਨਾ ਉਹ ਸਮਝ ਜਾਣਦੇ ਝੋਟੀ ਕੀ ਚੀਜ਼ ਏ ਪਹਿਲਣ ਹੋ ਕੇ ਗੁੱਲਾ ਚੰਗਾ ਕੱਢਿਆ ਤੂੰ ਤੇ ਇਹਨਾਂ ਦੀ ਜਿਹੜੀ ਇਹਦੀ ਮਾਂ ਹੈ ਜਾਂ ਪੁਰਾਣੀ ਨਸਲ ਹੈ ਉਹ ਕਿਤਨਾ ਕੁ ਦੁੱਧ ਪੀ ਦਿੰਦੀ ਹੈ ਤਕਰੀਬਨ ਜਿਹੜਾ ਹੈ ਨਾ 12-10-12 ਕਿਲੋ ਤਕਰੀਬਨ ਜਿਹੜਾ ਹੈ ਨਾ ਇਤਨਾ ਮਤਲਬ ਇਹ ਆਉਂਦੀਆਂ ਏਰੀਆਂ ਨੇ ਜੀ ਰੂਟੀਨ ਨਾਲ ਦਿੰਦੀਆਂ ਨੇ ਠੀਕ ਹੋ ਗਿਆ ਜੀ ਮਾਸ਼ਾਅੱਲਾ ਜਿਹੜਾ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਦੇਣਾ ਦੁੱਧ ਠੀਕ ਹੋ ਗਿਆ ਜੀ ਮਾਸ਼ਾਅੱਲਾ ਇਹ ਨਹੀਂ ਵਾ ਬਣ ਜਾਣਾ ਡੰਗਰ ਨਾਲ ਘਟਾ ਦਰ ਨਾ ਉਹ ਗੱਲ ਨਹੀਂ ਹੈ ਉਸ ਤਰ੍ਹਾਂ ਦੀਆਂ ਨਹੀਂ ਹੈ ਨਸਲ ਹੀ ਉਸ ਤਰ੍ਹਾਂ ਦੀ ਹੈ ਠੀਕ ਹੋ ਗਿਆ ਜੀ ਮਾਸ਼ਾਅੱਲਾ ਤੇ ਹੁਣ ਦੇ ਹਫ਼ਤਾ ਕੁ ਰਹਿ ਗਿਆ ਜਿਹੜਾ ਲੈਂਦੀ ਹੈ ਝੋਟੀ ਜਾਂ ਤਕਰੀਬਨ ਇਹ ਹਫ਼ਤਾ ਕੁ ਜਿਹੜਾ ਨਾ ਝੋਟੀ ਨੇ ਲੈ ਜਾਣਾ ਜੀ ਮਾਸ਼ਾਅੱਲਾ ਤੇ ਐ ਵੀ ਝੋਟੀ ਸਾਊ ਸੀਲ ਹੈ ਪੂਰੀ ਮਸਕੀਨ ਹੈ ਬਾਕੀ ਇੱਕ ਵਾਰ ਭਰਾਵਾਂ ਨੂੰ ਗੁੱਲਾ ਵਹਾ ਦਿੰਦੇ ਆ ਝੋਟੀ ਦਾ ਮਾਸ਼ਾਅੱਲਾ ਸ਼ਕਲ ਭਰਾ ਵੇਖਦੇ ਨੇ ਪੇ ਤੇ ਥਣ ਹੈ ਨਾ ਜਿਹੜਾ ਉਹ ਝੋਟੀ ਦਾ ਭਰਾਵਾਂ ਨੇ ਵੇਖ ਲੈਣਾ ਸੋਹਣਾ ਗੁੱਲਾ ਪਹਿਲਣੋ ਕੱਢਿਆ ਤੂੰ ਪਾਈ ਜਾਣੇ ਇੱਕ ਵਾਰੀ ਮੂੰਹ ਪੱਟ ਕੇ ਵਹਾ ਦੋ ਹਾਂ ਭਰਾਵਾਂ ਨੂੰ ਲਓ ਜੀ 4 ਦੰਦ ਗਰੰਟੀ ਨਾਲ 2 ਕੰਨੀਆਂ ਨੇ ਜਿਹੜੀਆਂ ਉਹ ਖਲੀਆਂ ਨੇ ਸਾਡਾਂ ਦੇ ਜ਼ਿੰਦਾਬਾਦ ਜੀ ਮਾਸ਼ਾਅੱਲਾ ਅੱਛਾ ਭਾਈ ਜਾਨ ਸੁਣ ਜੀ ਗੱਲ ਸੁਣਾਣੀ ਹੈ ਝੋਟੀ ਜਿਹਨੇ ਦੀ ਦੇ ਦਰਨੀ ਫਰਾਉ ਮੁੱਲ ਨਹੀਂ ਕਰਨਾ ਹੈ
ਜਿੰਨੇ ਦੀ ਚੋਟੀ ਦੇ ਦੇਣੀ ਹੈ ਸੋਹਣੀ ਜੀ ਗੱਲ ਸੁਣਾਓ। ਬੋਲ ਛੋਲੀ ਦਾ ਕਰਨਾ ਕੋਣੀ, ਜਿਸ ਭਰਾ ਨੂੰ ਪਸੰਦ ਆ ਜਾਏ ਨਾ ਜੀ 5,50,000 ਰੁਪਇਆ ਉਹਦੇ ਕੋਲ ਲੈ ਲਾਂ। 5.5 ਲੱਖ ਦੀ ਮਾਝ ਦੇ ਦੇਣਾ ਤੇ ਜਿਹੜੇ ਵੀ ਕਿਸੇ ਭਰਾ ਦੇ ਪਸੰਦ ਆ ਗਈ 5,50,000 ਦੀ ਫਾਈਨਲ ਰੇਟ ਹੋਵੇ ਦਾ, ਫਾਈਨਲ ਰੇਟ ਹੋਵੇ ਦਾ। ਤੇ ਬਹਰਾਲ ਜੇ ਕੋਈ ਭਰਾ ਆ ਗਿਆ ਝੋਟੀ ਪਸੰਦ ਆਈ ਤੇ ਉਹਦੇ ਨਾਲ ਪਿਆਰ ਮੁਹੱਬਤ ਕਰਨਾ, ਪਿਆਰ ਮੁਹੱਬਤ ਕਰਨਾ ਜ਼ਰੂਰ ਕਰਨਾ ਜੀ। ਤੇ ਇਹ ਇਕੱਲੀ ਜੇ ਜਾਂ ਇਹਦੀ ਨਾਲ ਉਹ ਦੂਸਰੀ ਭੈਣ ਦੂ ਜਾਂ ਉਹ ਲੱਦ? ਉਹ ਭੈਣ ਹੀ ਇਹਦੀ, ਜਿਹੜਾ ਨਾ ਸਾਰੀਆਂ ਸਾਡੀਆਂ ਘਰ ਦੀਆਂ ਮੱਝਾਂ ਨੇ। ਠੀਕ ਹੈ ਜਾਂ ਹੁਣ ਤਾਂ ਸਾਂਭਣ ਨਹੀਂ ਹੁੰਦੀਆਂ ਤੇ ਇਸ ਗੱਲੇ ਆਖਿਆ ਵਾ ਚਲੋ ਠੀਕ ਹੈ। ਲਓ ਜੀ ਇਹ ਝੋਟੀ ਭਰਾ ਵੇਖ ਲੈਣ ਤਸੱਲੀ ਨਾਲ ਤੇ ਰੇਟ ਵੀ ਲਾ ਦੇ ਰਿਹਾ 5.5 ਲੱਖ ਦੀ ਝੋਟੀ ਦੇ ਦੇਣ ਦੇ ਜਿਹੜੇ ਵੀ ਕਿਸੇ ਭਰਾ ਦੇ ਪਸੰਦ ਆ ਗਈ। ਤੇ ਇਹ ਜਿਹੜੀ ਇਹਦੀ ਵੱਡੀ ਭੈਣ ਹੈ ਜੀ ਮਾਸ਼ਾਅੱਲਾ। ਇਹਦਾ ਹੁਣ ਕੀ ਇਸ ਟਾਈਮ ਸੂਆ ਕੀ ਲਾਇਆ ਇਸਨੇ? ਇਹ ਪਹਿਲੇ ਸੂਏ ਵੀ ਜੀ ਇਹਨੇ ਵੀ ਪਹਿਲਾਂ ਹੀ ਸੂਆ ਲਾਇਆ, ਸੂਆ ਲਾਇਆ ਸੀ। ਠੀਕ ਹੋ ਗਿਆ ਇਹਨੇ ਲਾਏ ਹੈ ਠੀਕ ਹੈ। ਕੱਟੀ ਜਿਹੜਾ ਨਾ ਪਰਾਂ ਬਾਹਰ ਚੁੱਕਦੀ ਸੀ ਜੀ ਮਾਸ਼ਾਅੱਲਾ ਜੀ। ਤੇ ਇਹ ਕਿੰਨਾ ਫਿਰ ਹੋਗਾ ਜੀ ਸੂਈ? ਇਹਨੂੰ ਤਕਰੀਬਨ ਹੋ ਗਏ ਨੇ ਕੋਈ 8-9। ਇਹ ਨਹੀਂ ਦੇਣੀ ਹੈ? ਨਾ ਇਹ ਨਹੀਂ ਦੇਣੀ, ਸਿਰਫ ਇਹ ਹੀ ਦੇਣੀ ਹੈ ਜਿਹਦਾ ਰੇਟ ਲਾਇਆ, ਜਿਹਦਾ ਰੇਟ ਲਾਇਆ। ਲਓ ਜੀ ਅੱਲਾ ਪਾਕ ਖੈਰ ਕਰੇ, ਇਹ ਸਿਰਫ ਝੋਟੀ ਦੇਣੀ ਹੈ ਨਾਲ ਜਿਹੜੇ ਵੀ ਕਿਸੇ ਭਰਾ ਦੇ ਪਸੰਦ ਆਈ। ਨੰਬਰ ਉੱਤੇ ਵੀ ਲੱਗ ਗਏ ਆ, ਵਿੱਚ ਵੀ ਬੋਲ ਰਿਹਾ ਤੇ ਰਾਬਤਾ ਕਰ ਲੈਣਾ। ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਮਿਲਾਂਗੇ, ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ। ਰਾਬਰਾ ਖੱਲਾ ਸੁਣਨ ਵਾਲੇ ਨਾਰੇ ਦੀ ਆਵਾਜ਼ ਆਵੇ, ਤਾਜਦਾਰੇ ਹਤਮੇ ਨਬੂਅਤ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।